ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਜਿਹੜੀ ਕੇਸ ਸਟੱਡੀ ਹੈ ਉਹ ਸਟੂਡੈਂਟ ਦੀ ਹੈ ਜਿਹਦਾ ਪ੍ਰੋਫਾਈਲ ਸੁਣ ਕੇ ਇੱਕ ਵਾਰੀ ਤਾਂ ਤੁਹਾਨੂੰ ਲੱਗੂਗਾ ਕਿ ਇਹਦਾ ਵੀਜ਼ਾ ਲੈਣ ਦੇ ਵਿੱਚ ਕੀ ਵੱਡੀ ਗੱਲ ਹੈ ਕਿ ਇਹਦਾ ਤਾਂ ਵੀਜ਼ਾ ਲੱਗ ਹੀ ਜਾਣਾ ਸੀਗਾ। ਕਿਉਂ? ਕਿਉਂਕਿ 2019 ਪਾਸ ਆਊਟ ਸਟੂਡੈਂਟ ਹੈ। ਜੇ ਇੱਕ ਵਾਰੀ ਗੱਲ ਕਰ ਲਈਏ 1999 ਪਾਸ ਆਊਟ, 2017 ਦੇ ਵਿੱਚ ਆਪਣੀ ਟੈਂਥ ਕਰ ਲਈ, 2019 ਦੇ ਵਿੱਚ ਪਲੱਸ ਟੂ ਕਰ ਲਈ, ਪਲੱਸ ਟੂ ਦੇ ਵਿੱਚ ਚੰਗੇ ਨੰਬਰ ਨੇ ਐਕਸੈਪਟ ਮੈਥਮੈਟਿਕਸ ਜਿਹਦੇ 'ਚ 52% ਮਾਰਕਸ ਹੈ। ਆਸਟ੍ਰੇਲੀਆ ਜਾਣ ਦੀ ਇੱਛਾ ਸੀ ਇਸ ਕਰਕੇ ਪੀ ਟੀ ਕਰ ਲਈ, ਪੀ ਟੀ ਦਾ ਸਕੋਰ 59-60, ਸੋ ਓਵਰਆਲ 6-6 ਈਚ, ਚੰਗਾ ਸਕੋਰ। ਸੋ ਪ੍ਰੋਬਲਮ ਕਿੱਥੇ ਸੀਗੀ? ਵੀਜ਼ਾ ਵੀ ਬੜੇ ਵਧੀਆ ਤਰੀਕੇ ਦੇ ਨਾਲ ਆਟੋ ਗ੍ਰਾਂਟ ਦੇ ਵਿੱਚ ਵੀਜ਼ਾ ਲੈ ਲਿਆ। ਸੋ ਇਸ ਪ੍ਰੋਫਾਈਲ ਦੇ ਵਿੱਚ ਮੇਨ ਦੱਸਣ ਵਾਲਾ ਕੀ ਹੈ? ਇਸ ਪ੍ਰੋਫਾਈਲ 'ਚ ਮੇਨ ਦੱਸਣ ਵਾਲਾ ਇਹ ਹੈ ਕਿ ਇਸ ਸਟੂਡੈਂਟ ਨੇ ਸਾਰੇ ਪੈਸੇ ਦਿੱਤੇ ਵੀਜ਼ਾ ਲੱਗਣ ਤੋਂ ਬਾਅਦ। ਆਸਟ੍ਰੇਲੀਆ ਦੀ ਯੂਨੀਵਰਸਿਟੀ ਅਪਲਾਈ ਕੀਤਾ, ਪਲੱਸ ਟੂ ਨੋਨ ਮੈਡੀਕਲ ਸੀਗਾ, ਬੈਚਲਰ ਆਫ ਆਈਟੀ ਦੇ ਵਿੱਚ ਅਪਲਾਈ ਕੀਤਾ। ਪੈਸੇ ਉਦੋਂ ਦਿੱਤੇ ਜਦੋਂ ਵੀਜ਼ਾ ਲੱਗ ਗਿਆ, ਕੋਈ ਵੀ ਪੈਸਾ ਸਟੂਡੈਂਟ ਨੇ ਉਦੋਂ ਨਹੀਂ ਦਿੱਤਾ ਜਦੋਂ ਤੱਕ ਕਿ ਉਹਦਾ ਵੀਜ਼ਾ ਨਹੀਂ ਲੱਗਿਆ। ਅੱਜ ਦੀ ਡੇਟ 'ਚ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਕਿਸੇ ਦਾ ਰਿਫਿਊਜ਼ ਹੋ ਜਾਂਦਾ, 35,000 ਅੰਬੈਸੀ ਫੀਸ, ਫੀਸ ਟ੍ਰਾਂਸਫਰ ਦੇ ਵਿੱਚ ਜਿਹੜੀ ਰੁਪਈਆ 2 ਰੁਪਏ ਦੀ ਕਰੰਸੀ ਦੀ ਠੱਗੀ ਉਹ ਵੱਖਰੀ, ਜਦੋਂ ਪੈਸੇ ਵਾਪਸ ਆਉਂਦੇ ਆ ਯੂਨੀਵਰਸਿਟੀ ਤੋਂ $400-500 ਜਿਹੜਾ ਕੱਟਿਆ ਜਾਂਦਾ ਉਹ ਵੱਖਰਾ, ਮੈਡੀਕਲ ਦੇ ਪੈਸੇ ਵੱਖਰੇ, ਪ੍ਰੋਸੈਸਿੰਗ ਫੀਸਾਂ ਦੇ ਨਾਮ ਤੇ 20-25,000 ਜਿਹੜਾ ਦਿੱਤਾ ਜਾਂਦਾ ਉਹ ਸਾਰਾ ਕੁਝ ਕਾਊਂਟ ਕਰ ਲਈਏ, ਇੱਕ ਰਿਫਿਊਜ਼ਲ ਸਟੂਡੈਂਟ ਨੂੰ 1.5 ਲੱਖ ਰੁਪਏ ਦੀ ਪੈਂਦੀ ਹੈ। ਸੋ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਨਿਊਜ਼ੀਲੈਂਡ, ਕੈਨੇਡਾ, UK, US ਜਾਣਾ ਚਾਹੁੰਦੇ ਹੋ, ਪੈਸੇ ਉਦੋਂ ਦੇਣੇ ਚਾਹੀਦੇ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ। ਸੋ ਇਸ ਪ੍ਰੋਫਾਈਲ ਦੇ ਵਿੱਚ ਮੇਨ ਚੀਜ਼ ਤਾਂ ਦੱਸਣ ਵਾਲੀ ਇਹ ਹੈ ਕਿ ਇਸ ਸਟੂਡੈਂਟ ਨੇ ਪੈਸੇ ਉਦੋਂ ਦਿੱਤੇ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਗਿਆ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਪੈਸੇ ਬਾਅਦ 'ਚ ਸਿਰਫ ਲਿੱਤੇ ਜਾਂਦੇ ਜਦੋਂ ਪ੍ਰਾਈਵੇਟ ਕਾਲਜਾਂ 'ਚ ਭੇਜਿਆ ਜਾਂਦਾ। ਸੋ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਗਿਆ, ਪੈਸੇ ਉਦੋਂ ਦਿੱਤੇ ਜਦੋਂ ਵੀਜ਼ਾ ਲੱਗ ਗਿਆ। ਸ਼ੁਕਰੀਆ ਜੀ, ਧੰਨਵਾਦ।